ਬੇਜ਼ੁਬਾਨ ਦੇ ਗਲ ਚ ਰੱਸੀ ਪਾ ਕੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ, ਨਾ ਤਾਂ ਇਹ ਨਗਰ ਨਿਗਮ ਦੇ ਕੋਈ ਮੁਲਾਜ਼ਮ ਨੇ ਤੇ ਨਾ ਹੀ ਕਿਸੇ ਪਸ਼ੂ ਪ੍ਰੇਮੀ ਸੰਸਥਾ ਦੇ ਕੋਈ ਮੈਂਬਰ ਨੇ, ਬਲਕਿ ਲੋਕਾਂ ਵੱਲੋਂ ਸੱਦੇ ਗਏ ਇਹ ਉਹ ਵਿਅਕਤੀ ਨੇ ਜੋ ਇੱਕ ਪ੍ਰਾਈਵੇਟ ਸੰਸਥਾ ਚਲਾਉਂਦੇ ਨੇ ਤੇ ਕੁੱਤਿਆਂ ਨੂੰ ਫੜਨ ਦਾ ਕੰਮ ਕਰਦੇ ਨੇ। ਲੋਕਾਂ ਨੇ ਇਹਨਾਂ ਨੂੰ ਬੁਲਾ ਕੇ ਗਲੀਆਂ ਚ ਅਵਾਰਾ ਘੁੰਮਦੇ ਕੁੱਤਿਆਂ ਨੂੰ ਕਾਬੂ ਕਰਨ ਲਈ ਕਿਹਾ ਹੈ, ਜਿਸ ਨੂੰ ਲੈ ਕੇ ਪਸ਼ੂ ਪ੍ਰੇਮੀਆਂ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਹਨਾਂ ਗਲੀ ਦੇ ਕੁੱਤਿਆਂ ਨੂੰ ਲੈ ਕੇ ਹੀ ਹੁਣ ਪਸ਼ੂ ਪ੍ਰੇਮੀ ਤੇ ਲੋਕਾਂ ਦੇ ਵਿੱਚ ਵਿਵਾਦ ਛਿੜ ਗਿਆ ਹੈ, ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇਹ ਅਵਾਰਾ ਕੁੱਤੇ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਘਰਦਿਆਂ ਨੂੰ ਕੱਟਦੇ ਨੇ, ਵੱਢਦੇ ਨੇ। ਇਲਾਕਾ ਵਾਸੀਆਂ ਨੂੰ ਕਈ ਵਾਰ ਇਹ ਵੱਢ ਚੁੱਕੇ ਨੇ, ਹਮਲਾ ਕਰ ਚੁੱਕੇ ਨੇ, ਜ਼ਖਮੀ ਕਰ ਚੁੱਕੇ ਨੇ। ਕਈ ਵਾਰ ਪ੍ਰਸ਼ਾਸਨ ਨੂੰ ਵੀ ਕਿਹਾ ਗਿਆ ਹੈ, ਪਰ ਕੋਈ ਵੀ ਕਾਰਵਾਈ ਨਹੀਂ ਹੋਈ, ਜਿਸ ਲਈ ਲੋਕਾਂ ਦੇ ਵੱਲੋਂ ਹੁਣ ਖੁਦ ਹੀ ਇੱਥੇ ਕਿਸੇ ਪ੍ਰਾਈਵੇਟ ਸੰਸਥਾ ਨੂੰ ਸੱਦ ਕੇ ਉਹਨਾਂ ਤੋਂ ਇਹਨਾਂ ਕੁੱਤਿਆਂ ਨੂੰ ਚੁਕਵਾਇਆ ਜਾ ਰਿਹਾ ਹੈ, ਜੋ ਇਹਨਾਂ ਨੂੰ ਬੋਰੀਆਂ ਚ ਪਾ ਕੇ ਲੈ ਜਾ ਰਹੇ ਨੇ। ਇਸੇ ਨੂੰ ਦੇਖ ਕੇ ਹੀ ਪਸ਼ੂ ਪ੍ਰੇਮੀਆਂ ਦੇ ਵੱਲੋਂ ਇਸ ਨੂੰ ਕਰੂਰਤਾ ਕਿਹਾ ਜਾ ਰਿਹਾ ਹੈ। ਤਸਵੀਰਾਂ ਸਮਾਣਾ ਸ਼ਹਿਰ ਦੀਆਂ ਨੇ, ਜਿੱਥੇ ਗਲੀਆਂ ਦੇ ਵਿੱਚ ਘੁੰਮਦੇ ਇਹਨਾਂ ਬੇਜ਼ੁਬਾਨਾਂ ਨੂੰ, ਆਵਾਰਾ ਕੁੱਤਿਆਂ ਨੂੰ ਫੜਨ ਦਾ ਕੰਮ ਕੀਤਾ ਜਾ ਰਿਹਾ, ਉਹ ਵੀ ਇੱਕ ਪ੍ਰਾਈਵੇਟ ਸੰਸਥਾ ਦੇ ਵੱਲੋਂ, ਜੋ ਇਹਨਾਂ ਨੂੰ ਕਾਬੂ ਕਰਕੇ ਬੋਰੀਆਂ ਦੇ ਵਿੱਚ ਪਾ ਕੇ ਲੈ ਜਾ ਰਹੇ ਨੇ। ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਤੇ ਇਸੇ ਵੀਡੀਓ ਨੂੰ ਲੈ ਕੇ ਪਸ਼ੂ ਪ੍ਰੇਮੀਆਂ ਨੇ ਇਤਰਾਜ਼ ਜਤਾਇਆ ਹੈ ਕਿ ਇਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਆਪਣੇ ਤੌਰ ਤੇ ਬੇਜ਼ੁਬਾਨਾਂ ਦੇ ਨਾਲ ਅਜਿਹਾ ਸਲੂਕ ਨਹੀਂ ਕਰਨਾ ਚਾਹੀਦਾ। ਜੇਕਰ ਕੋਈ ਕੁੱਤਾ ਵੜਦਾ ਹੈ ਤਾਂ ਉਹਨੂੰ ਕੋਈ ਦਿੱਕਤ ਹੋ ਸਕਦੀ ਹੈ, ਜਿਸ ਲਈ ਪ੍ਰਸ਼ਾਸਨ ਨੂੰ ਕਹਿਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਖੁਦ ਵੀ ਇਹਨਾਂ ਗਲੀ ਦੇ ਆਵਾਰਾ ਕੁੱਤਿਆਂ ਦਾ ਇਲਾਜ ਕਰਵਾ ਚੁੱਕੇ ਨੇ, ਨਸਬੰਦੀ ਕਰਵਾ ਚੁੱਕੇ ਨੇ, ਫਿਰ ਵੀ ਲੋਕ ਜਿਹੜੇ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੁੱਤਿਆਂ ਨੂੰ ਕਿਸ ਤਰ੍ਹਾਂ ਟ੍ਰੀਟ ਕਰਨ, ਤਾਂ ਜੋ ਉਹਨਾਂ ਨੂੰ ਵੱਢਣ ਨਾਲ ਬੇਜ਼ੁਬਾਨ ਜਾਂ ਕੋਈ ਕੁੱਤਾ ਉਹਨਾਂ ਨੂੰ ਵੜਦਾ ਵੀ ਹੈ ਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਤੌਰ ਤੇ ਉਹਨਾਂ ਨੂੰ ਚੁਕਵਾ ਕੇ ਬੋਰੀਆਂ 'ਚ ਬੰਦ ਕਰਨਾ ਚਾਹੀਦਾ। ਇਸੇ ਨੂੰ ਲੈ ਕੇ ਹੁਣ ਸਮਾਣਾ ਸ਼ਹਿਰ ਦੇ ਵਿੱਚ ਵਿਵਾਦ ਛਿੜਿਆ ਹੋਇਆ ਹੈ, ਜਿੱਥੇ ਲੋਕ ਅਤੇ ਪਸ਼ੂ ਪ੍ਰੇਮੀ ਆਪਸ ਦੇ ਵਿੱਚ ਬਹਿਸ ਤੇ ਨਜ਼ਰ ਵੀ ਆਏ ਨੇ। ਮੈਂ ਤਾਂ ਖੇਲਣੇ ਕੇ ਲਈ ਬਾਹਰ ਜਾ ਰਹਾ ਸੀ ਗਲੀ ਸੇ, ਔਰ ਯਹੀਂ ਪੇ ਥਾ, ਆਲਮੋਸਟ ਤੋ ਕੁੱਤੇ ਭਾਗ ਕੇ ਆਇਆ ਔਰ ਉਸਨੇ ਮੇਰੇ ਪੇ ਅਟੈਕ ਕਰ ਦਿਆ। ਕਿਤਨੇ ਥੇ? ਇੱਕ ਹੀ ਥਾ ਕੁੱਤਾ ਵੋ। ਕਿਤਨੇ ਟੈਗ? ਹਾਂ, ਸਾਨੂੰ ਬਹੁਤ ਦਿੱਕਤ ਆਈ ਜੀ, ਸਾਡਾ ਬੱਚਾ ਸੀ ਇਹਨੂੰ ਪਟਿਆਲੇ ਲੈ ਕੇ ਗਏ, ਉਰੇ ਤਾਂ ਸਿਵਲ ਹਸਪੀਟਲ 'ਚ ਇੰਜੈਕਸ਼ਨ ਵੀ ਨਹੀਂ ਸੀਗਾ ਜੀ। ਸਾਨੂੰ ਪਤਾ ਸਾਡਾ ਬੱਚਾ 10 ਦਿਨ ਕਿਵੇਂ ਘਰ ਦੇ ਵਿੱਚ ਰਿਹਾ, ਇਹਨੂੰ ਦੌਰੇ ਪੈਂਦੇ ਸੀ, ਕਹਿੰਦਾ ਮੈਂ ਘਰੋਂ ਬਾਹਰ ਨਹੀਂ ਨਿਕਲਦਾ ਜੀ। ਇਸ ਤਰ੍ਹਾਂ ਹਾਲਾਤ? ਹਾਂਜੀ ਹਾਂ ਹਾਂਜੀ ਹਾਂ। ਤੇ ਇਹ ਗਲੀ ਨੂੰ ਆਏ ਸੀ ਕਿ ਬਾਹਰੋਂ ਆ ਰਹੇ ਸੀ? ਬਾਹਰੋਂ ਆ ਜਾਂਦੇ ਆ ਜੀ, ਸਟ੍ਰੇਟ ਡੌਗਸ ਜੀ, ਕੁਛ ਲੋਕ ਉਹਨਾਂ ਨੂੰ ਖਾਣਾ ਪਾਉਂਦੇ ਨੇ ਉਸ ਕਰਕੇ ਫਿਰ ਉਹ ਛੋਟੇ ਬੱਚਿਆਂ ਨੂੰ ਵੱਢਦੇ ਨੇ ਜੀ ਸਾਡੇ ਸਾਹਮਣੇ। ਬਾਅਦ ਫਿਰ ਤੁਸੀਂ ਕੋਈ ਸ਼ਿਕਾਇਤ ਕੀਤੀ ਕਮੇਟੀ ਮਿਊਨਿਸਪੈਲਿਟੀ ਨੂੰ ਹਟਾਉਣ ਵਾਸਤੇ? ਮਿਊਨਿਸਪੈਲਿਟੀ 'ਚ ਇੱਕ ਅੱਧੀ ਵਾਰ ਫੋਨ ਕੀਤਾ ਜੀ, ਪਰ ਉੱਥੇ ਕੋਈ ਸੁਣਵਾਈ ਨਹੀਂ ਸੀਗੀ ਜੀ ਸਾਡੀ। ਕੋਈ ਜ਼ਰੂਰੀ ਨਹੀਂ ਹੈ ਕਿ ਉਹੀ ਡੌਗ ਕੱਟੇ, ਵੈਸੇ ਉਹ ਫਰੈਂਡਲੀ ਡੌਗ ਸੀ, ਉਹਨੂੰ ਮੈਂ ਸਟੇਰਲਾਈਜ਼ ਵੀ ਕਰਵਾਇਆ ਸੀਗਾ, ਨਸਬੰਦੀ ਹੋਈ ਪਈ ਸੀ, ਪਰ ਫਿਰ ਵੀ ਦੇਖੋ ਚਾਹੇ ਮੈਂ ਕਹਿੰਦੀ ਕਿਸੇ ਨੂੰ ਕੱਟਿਓ ਕੁਛ ਹੋਵੇ, ਪਰ ਇੰਨੀ ਜ਼ਿਆਦਾ ਕਰੂਰਤਾ ਨਹੀਂ ਹੁੰਦੀ ਕਿ ਬੋਰੀਆਂ 'ਚ ਬੰਨ੍ਹ ਬੰਨ੍ਹ ਕੇ ਇੱਕ ਪ੍ਰਾਈਵੇਟ ਕੈਚਰ ਬੁਲਾ ਕੇ। ਤੁਸੀਂ ਜਦੋਂ ਇਸ ਤਰ੍ਹਾਂ ਦੀ ਕੋਈ ਵਾਰਦਾਤ ਹੁੰਦੀ ਹੈ, ਤੁਸੀਂ ਕੰਪਲੇਂਟ ਕਰੋ ਨਗਰ ਪਾਲਿਕਾ ਨੂੰ, ਮਹਾਂਨਗਰ ਪਾਲਿਕਾ ਨੂੰ ਕੰਪਲੇਂਟ ਕਰੋ ਕਿ ਵੀ ਹਾਂ ਇਸ ਤਰ੍ਹਾਂ ਦੀ ਵਾਰਦਾਤ ਹੋ ਰਹੀ ਹੈ। ਡੀ ਸੀ ਆਫਿਸ ਜਾਓ, ਡੀ ਸੀ ਨਾਲ ਮਿਲੋ, ਉੱਧਰ ਗੱਲ ਕਰੋ, ਪਰ ਇਸ ਤਰ੍ਹਾਂ ਦੀ ਗੱਲ ਨਾ ਕਰਨ ਨਾਲ ਲੋਕ ਕੀ ਕਰਦੇ, ਕਾਨੂੰਨ ਆਪਣੇ ਹੱਥ 'ਚ ਲੈਂਦੇ ਨੇ। ਡੌਗ ਨੂੰ ਬੋਰੀਆਂ 'ਚ ਬੰਦ ਕਰਕੇ ਸੁਟਵਾਇਆ ਗਿਆ, ਇਹ ਤਾਂ ਬਹੁਤ ਵੱਡੀ ਕਰੂਰਤਾ ਹੈ। ਨਾਲ ਉਹ ਜਿਹੜੀ ਡੌਗ ਸੀ, ਤੁਸੀਂ ਵੀਡੀਓ 'ਚ ਦੇਖੋ ਵੀ ਉਹ ਪੂੰਛ ਲਾ ਰਹੀ ਹੈ ਕੈਚਰਸ ਨੂੰ, ਵੀ ਉਹਨੂੰ ਇਹ ਨਹੀਂ ਪਤਾ ਵੀ ਮੈਨੂੰ ਕੋਈ ਕੈਚ ਕਰਨ ਆਇਆ, ਮਾਰਨ ਆਇਆ, ਅਤੇ ਉਸਨੂੰ ਵੀ ਬੰਦ ਕਰਕੇ ਸੁੱਟਿਆ। ਚੱਲ ਇੱਕ ਡੌਗ ਵਾਰਦਾਤ ਕਰਦਾ, ਇੱਕ ਡੌਗ ਬਾਰੇ ਇਨਫੋਰਮੇਸ਼ਨ ਦੇ ਦਿਓ ਮੈਨੂੰ ਕਿ ਵੀ ਹਾਂ ਇਹ ਡੌਗ ਵੱਢਦਾ ਹੈ, ਅਸੀਂ NGO ਵਾਲੇ ਹੈਂਡਲ ਕਰਨਗੇ, ਉਹਨੂੰ ਸਟੇਰਲਾਈਜ਼ ਕਰਵਾਉਣਗੇ। ਆਪਾਂ ਪਹਿਲਾਂ ਵੀ ਕਿੰਨੇ ਕੇਸ ਹੈਂਡਲ ਕਰੇ, ਦੇਖੋ SDM ਸਮਾਣਾ ਨੂੰ ਪਤਾ ਕਿੰਨੇ ਪਾਕਿਸਤਾਨੀ ਬੁੱਲੀ ਕੈਚ ਕਰੀ ਸੀਗੀ, ਆਪਾਂ ਇੱਕ ਪਿਟਬੁੱਲ ਹੈ ਉਹ ਲੁਧਿਆਣੇ ਭੇਜੀ ਹੈ। ਹੱਲ ਹੁੰਦਾ ਹਰ ਚੀਜ਼ ਦਾ, ਇਹ ਨਹੀਂ ਹੈ ਕਿ ਉਹਨਾਂ ਨੂੰ ਬੋਰੀਆਂ 'ਚ ਬੰਦ ਕਰੋ, ਇੰਨੀ ਗਰਮੀ ਦੇ ਵਿੱਚ ਛੱਡੋ, ਇਹ ਕੋਈ ਹੱਲ। ਕੰਪਲੇਂਟ ਪਾਈ ਹੈ? ਬਿਲਕੁਲ ਪਾਈ ਹੈ ਜੀ, DC ਆਫਿਸ ਪਾਈ ਹੈ, ਇਹਦੀ ਕੰਪਲੇਂਟ ਮੈਂ ਮੇਨਕਾ ਗਾਂਧੀ ਮੈਡਮ ਨੂੰ ਪਾਈ ਹੈ।
ਬਹੁਤ ਜਗ੍ਹਾ ਕੰਪਲੇਂਟ ਬਾਕੀ ਅੱਜ ਲੋਕਲ ਪੁਲਿਸ ਸਟੇਸ਼ਨ ਸਾਰੇ ਇਕੱਠੇ ਹੋ ਰਹੇ ਹਾਂ, 4 ਵਜੇ ਉੱਥੇ ਜਾਵਾਂਗੇ। ਹਾਂਜੀ ਹਾਂ, ਜੇ ਕੋਈ ਵੀ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਵੀ ਸਾਨੂੰ ਇਤਲਾਹ ਕਰਦਾ ਤਾਂ ਅਸੀਂ ਉਹਨੂੰ ਫੜਨ ਵਾਸਤੇ ਜਾਂ ਉਹਦਾ ਜੋ ਵੀ ਹੈ ਉਹ ਕਰਵਾਉਂਦੇ ਹਾਂ। ਉਹਦੇ ਲਈ ਕੀ ਪ੍ਰੋਸੀਜਰ ਮਾਪਦੰਡ ਬਣਾਏ ਜਾਂਦੇ? ਮਾਪਦੰਡ ਤਾਂ ਇਹੀ ਹੈ, ਜਿਹੜੇ ਹੁਣ ਇਹਨਾਂ ਨੇ ਘਰਾਂ 'ਚ ਪਾਲਤੂ ਕੁੱਤੇ ਰੱਖੇ ਹੋਏ ਨੇ, ਠੀਕ ਹੈ ਜੀ, ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ, ਉਹਨਾਂ ਦੇ ਟੀਕੇ ਲਵਾਉਣੇ ਜ਼ਰੂਰੀ ਨੇ। ਜਿਹੜੇ ਬਾਹਰਲੇ ਕੁੱਤੇ ਹੈ ਜਾਂ ਕੋਈ ਅਵਾਰਾ ਕੁੱਤੇ ਹੈ ਉਹਨਾਂ ਨੂੰ ਜ਼ਿਆਦਾ ਆਪਾਂ ਉਹ ਨਾ ਕਰੋ, ਠੀਕ ਹੈ, ਕਿ ਖੁੰਖਾਰ ਬਣ ਜਾਣ। ਇਹਦਾ ਆਪਾਂ ਪਿਆਰ ਨਾਲ ਜਾਂ ਕੋਈ ਵੀ ਆਪਾਂ ਬੱਚੇ ਵਾਂਗੂ ਹੈਂਡਲ ਕਰਾਂਗੇ ਤਾਂ ਉਹ ਆਪਣੇ ਆਪੇ ਉਹ ਕਰਨਗੇ। ਉਹਨਾਂ ਨੂੰ ਫੜਦੇ ਹੋ? ਟੀਮ ਫੜਦੀ ਹੈ ਟੀਮ? ਹਾਂਜੀ ਹਾਂ, ਜੇ ਕੋਈ ਉਹ ਹੁੰਦੀ ਆ ਉਹ ਟੀਮ ਫੜਦੀ ਹੈਗੀ ਜੀ। ਡੋਗ ਬਾਈਟ ਜਿਹੜਾ ਹੈਗਾ ਇਹਦੇ ਵਿੱਚ ਧਿਆਨ ਰੱਖਣ ਦੀ ਵੀ ਬਹੁਤ ਲੋੜ ਹੈ, ਅਤੇ ਅਗਰ ਡੋਗ ਬਾਈਟ ਹੁੰਦਾ ਤਾਂ ਇੰਜੈਕਸ਼ਨ ਲਗਾਉਣੇ ਬਹੁਤ ਜ਼ਰੂਰੀ ਹੈ। ਆਪਣੇ ਕੋਲ ਦੇਖੋ ਡੇਲੀ ਲਗਭਗ 30 ਤੋਂ 40 ਬੱਚੇ ਅਤੇ ਅਡਲਟਸ ਜਿਹੜੇ ਹੈਗੇ ਆ ਉਹ ਵੈਕਸੀਨੇਸ਼ਨ ਕਰਵਾਉਣ ਆਉਂਦੇ ਆ ਡੇਲੀ ਬੇਸਿਸ 'ਤੇ ਡੇਲੀ। ਜਿਹੜੀ ਤੁਸੀਂ ਕੈਟਾਗਰੀ ਦੀ ਗੱਲ ਕਰ ਰਹੇ ਹੋ ਇਹਦੇ 'ਚ ਜਿਹੜੀ ਕੈਟਾਗਰੀ 3 ਹੈਗੀ ਹੈ, ਕੈਟਾਗਰੀ 2 ਅਤੇ ਕੈਟਾਗਰੀ 3 ਇਹਨਾਂ ਵਿੱਚ ਇੰਜੈਕਟੇਬਲ ਜ਼ਰੂਰੀ ਹੁੰਦੇ ਆ। ਕੈਟਾਗਰੀ 2 ਤਾਂ ਸਿਰਫ ਕੋਈ ਮਾਈਨਰ ਜਾਂ ਐਬਰੇਜ਼ਨ ਹੈ, ਜਿਵੇਂ ਮਾਈਨਰ ਜਿਵੇਂ ਆਪਾਂ ਕਹਿ ਦਿੰਦੇ ਝਰੀਟ ਹੈ ਡੋਗ ਦੁਆਰਾ ਲਗਾਈ ਗਈ ਹੈ ਦੰਦ ਜਾਂ ਉਹਦੇ ਪੰਜੇ ਨਾਲ, ਤਾਂ ਉਹਦੇ ਵਿੱਚ ਕੈਟਾਗਰੀ 2 'ਚ ਆਪਾਂ ARV ਜਿਹੜੀ ਐਂਟੀ ਰੈਬਿਜ਼ ਵੈਕਸੀਨ ਹੈ ਉਹਦਾ ਸ਼ਡਿਊਲ ਪੂਰਾ ਕਰਨਾ ਹੈ, ਜੋ ਕਿ 4 ਜਾਂ 5 ਵਾਰ ਇੰਜੈਕਟੇਬਲਸ ਲੱਗਦੇ ਆ ਓਵਰ ਨੈਕਸਟ 1 ਮੰਥ। ਕੈਟਾਗਰੀ 3 ਜਿਹੜੀ ਹੈਗੀ ਹੈ ਉਹਨਾਂ WHO ਨੇ ਦੁਆਰਾ ਡਿਫਾਈਨ ਕੀਤੀ ਹੈ। ਪਹਿਲਾਂ ਕੈਟਾਗਰੀ 3 ਨੂੰ ਸਿਰ ਦੇ ਉੱਤੇ ਜਾਂ ਬਹੁਤ ਵੱਡੇ ਜ਼ਖਮ ਨੂੰ ਕੈਟਾਗਰੀ 3 ਕਿਹਾ ਜਾਂਦਾ ਸੀਗਾ, ਪਰ ਹੁਣ ਅਗਰ ਡਰਮਿਸ ਕੁੱਤੇ ਦਾ ਦੰਦ ਅਗਰ ਡਰਮਿਸ ਕਰੋਸ ਕਰ ਦਿੰਦਾ, ਮਤਲਬ ਅਗਰ ਟੀਅਰ ਕਰਤੀ ਸਕਿਨ, ਤਾਂ ਉਹ ਕੈਟਾਗਰੀ 3 ਹੁੰਦਾ ਹੈ। ਉਹਦੇ ਵਿੱਚ ARV ਜਿਹੜਾ ਕਿ ਐਂਟੀ ਰੈਬਿਜ਼ ਵੈਕਸੀਨ ਹੈ ਉਹਦੇ ਨਾਲ ਨਾਲ ਐਂਟੀ ਰੈਬਿਜ਼ ਇਮਿਊਨੋਗਲੋਬਿਨ ਵੀ ਲੱਗਦੇ ਆ, ਜਿਹੜੇ ਕਿ ਜ਼ਖਮ ਦੇ ਆਸ ਪਾਸ ਸੇਮ ਡੇ ਵਿਦਇਨ 24 ਆਵਰਸ ਵਿੱਚ ਲਗਾਉਣੇ ਹੁੰਦੇ ਆ। ਉਹ ਆਪਣੇ ਹੋਸਪਿਟਲ 'ਚ ਅਵੇਲੇਬਲ ਹੈ, ਅਗਰ ਕੋਈ ਇੱਦਾਂ ਦੀ ਦਿੱਕਤ ਆਉਂਦੀ ਹੈ ਤਾਂ ਤੁਰੰਤ ਇੱਥੇ ਪਹੁੰਚ ਕੇ ਵੈਕਸੀਨੇਸ਼ਨ ਪ੍ਰੋਪਰ ਤਰੀਕੇ ਨਾਲ ਕਰਵਾਇਆ ਜਾਵੇ।